ਦਿੱਤੀ ਹੈ ਤਾਂ ਜਦੋਂ ਵੀ ਸੰਤਾਂ ਰਵਾਨਾ ਹੋਈਆਂ ਤਿੰਨ ਵਾਰੀ ਮੈਡੀਕਲ ਚੈੱਕਅਪ ਪੂਰਾ ਸਹੀ ਸਲਾਮਤ ਕੋਈ ਵੀ ਸ਼ਿਕਾਇਤ ਨਹੀਂ ਆਈ। ਨਾ ਕਿਸੇ ਨੂੰ ਕੋਈ ਬਿਮਾਰੀ ਦੀ ਸ਼ਿਕਾਇਤ ਕਰੋਨਾ ਦੀ ਕਿ ਤਿੰਨ ਵਾਰੀ ਮੈਡੀਕਲ ਚੈੱਕਅਪ ਹੋਇਆ ਵਾ। श्री हजूर साहब तो परते श्रद्धालुआं नूं लै के हुण पंजाब विच वड्डा बखेड़ा शुरू हो गया। एक पासे मैडिकल रिपोर्टां विच आए दिन श्रद्धालुआं नूं कोरोना पॉजिटिव दस्या जा रहा है, जबकि श्री हजूर साहब दे मुख सेवादार बाबा बलविंदर सिंह ने इन्हां दोषां नूं सिरे तों रद्द कर दिता है। बाबा बलविंदर सिंह मुताबक सारियां संगतां नूं श्री हजूर साहब तो मैडिकल करवा के तोरिया गया सी अते सारे ही तंदुरुस्त अते कोरोना मुक्त सन। हाथ जोड़ के बेनती योदड़ी जी की कृपा नाल के जो दो दिन पहले इतों या तीन दिन जिन्हिया भी संगत हजूर साहब तखत सचखंड श्री हजूर साहब जी के दर्शन कर आईया सन, जो गुरद्वारा लंगर साहब संगत ठहरिया सन, ਜਦੋਂ ਵਾਪਸ ਪਹਿਲਾਂ ਟੈਂਪੂ ਟਰੈਵਲਾਂ ਗਈਆਂ ਬਾਕੀ 13 ਬੱਸਾਂ ਪੁਰਾਣਾ ਟਰਾਂਸਫਰ ਵਾਲੀਆਂ ਗੁਰੂ ਘਰ ਵੱਲੋਂ ਅਤੇ ਜੋ ਪੰਜਾਬ ਸਰਕਾਰ ਵੱਲੋਂ 78 ਬੱਸਾਂ ਭੇਜੀਆਂ ਸੰਗਤਾਂ ਦੀ ਵਾਪਸੀ ਵਾਸਤੇ। ਟ੍ਰੇਨਾਂ ਤੋਂ ਵਾਪਸੀ ਤੋਂ ਪਹਿਲਾਂ ਕਾਰਪੋਰੇਸ਼ਨ ਦੀ ਤਰਫ ਸੇ, ਕਮਿਸ਼ਨਰ ਸਾਹਿਬ ਦੀ ਤਰਫ ਸੇ ਪੂਰਾ 3 ਵਾਰ ਸਾਰੀਆਂ ਸੰਗਤਾਂ ਦਾ ਮੈਡੀਕਲ ਚੈੱਕਅਪ ਹੋਇਆ। ਸਾਰੀ ਸੰਗਤ ਦਰੁਸਤ ਪਾਈ ਗਈ, ਕਿਸੇ ਦੇ ਵਿੱਚ ਵੀ ਕੋਈ ਡਿਫੈਕਟ ਨਹੀਂ ਨਿਕਲਿਆ। ਅਤੇ ਹੱਥ ਜੋੜ ਕੇ ਬੇਨਤੀ ਆ ਕਿ ਤਖਤ ਸਚਖੰਡ ਸ੍ਰੀ ਹਜੂਰ ਸਾਹਿਬ ਜੀ ਦੇ ਅਤੇ ਸਤਿਕਾਰਯੋਗ ਜਥੇਦਾਰ ਸੰਤ ਬਾਬਾ ਗੁਰਮੁਖ ਸਿੰਘ ਜੀ ਸਮੂਹ ਅਤੇ ਸਤਿਕਾਰਯੋਗ ਪੰਜ ਪਿਆਰੇ ਸਾਹਿਬਾਨ ਅਤੇ ਗੁਰਦੁਆਰਾ ਲੰਗਰ ਸਾਹਿਬ ਵੱਲੋਂ ਸੰਤ ਬਾਬਾ ਨਰਿੰਦਰ ਸਿੰਘ ਜੀ ਦਾਸ ਬਾਬਾ ਗੁਰਮੁਖ ਸਿੰਘ ਜੀ ਵੱਲੋਂ ਅਤੇ ਹੱਥ ਜੋੜ ਕੇ ਬੇਨਤੀ ਹੈ ਤਾਂ ਜਦੋਂ ਵੀ ਸੰਗਤਾਂ ਰਵਾਨਾ ਹੋਈਆਂ ਤਿੰਨ ਵਾਰੀ ਮੈਡੀਕਲ ਚੈੱਕਅਪ ਪੂਰਾ ਸਹੀ ਸਲਾਮਤ ਕੋਈ ਵੀ ਸ਼ਿਕਾਇਤ ਨਹੀਂ ਆਈ। ਰਸਤੇ 'ਚ ਜਾਂਦੇ ਹਾਂ ਕੋਈ ਵੀ ਕਿਸੇ ਵੀ ਕਿਸਮ ਦੀ ਕੋਈ ਜਾਂ ਉੱਥੇ ਪਹੁੰਚਦਿਆਂ ਜਾਂ ਕੋਈ ਵੀ ਕਿਸੇ ਕਿਸਮ ਦੀ ਕੋਈ ਸ਼ਿਕਾਇਤ ਆਈ ਹੋਵੇ, ਬਾਕੀ ਇੱਥੋਂ ਜਦੋਂ ਸੰਗਤਾਂ ਰਵਾਨਾ ਹੋਈਆਂ 1% ਵੀ ਕਿਸੇ ਨੂੰ ਕੋਈ ਸ਼ਿਕਾਇਤ ਜਾਂ ਤੰਗੀ ਤਕਲੀਫ ਨਹੀਂ ਸੀ। ਬਾਬਾ ਬਲਵਿੰਦਰ ਸਿੰਘ ਨੇ ਦੋਸ਼ ਲਾਇਆ ਕਿ ਸਿੱਖ ਸੰਗਤਾਂ ਨੂੰ ਜਾਣਬੁੱਝ ਕੇ ਬਦਨਾਮ ਕੀਤਾ ਜਾ ਰਿਹਾ ਹੈ। ਉਹਨਾਂ ਤਰਕ ਦਿੱਤਾ ਕਿ ਸੰਗਤਾਂ ਲੋਕਡਾਊਨ ਤੋਂ ਬਾਅਦ ਕਰੀਬ 1-1.5 ਮਹੀਨੇ ਗੁਰੂ ਘਰ ਵਿੱਚ ਰੁਕੀਆਂ, ਪਰ ਇਸ ਦੌਰਾਨ ਕਿਸੇ ਨੂੰ ਵੀ ਕੋਈ ਸ਼ਿਕਾਇਤ ਨਹੀਂ ਆਈ, ਜਦੋਂ ਕਿ ਪੰਜਾਬ ਜਾਂਦਿਆਂ ਹੀ ਸਭ ਨੂੰ ਕੋਰੋਨਾ ਪੋਜ਼ਿਟਿਵ ਕਰਾਰ ਦੇ ਦਿੱਤਾ ਗਿਆ। ਅੱਜ ਜਿਹੜਾ ਮੀਡੀਆ ਦੇ ਵਿੱਚ ਚੈਨਲਾਂ ਦੇ ਵਿੱਚ ਆ ਜਿਹੜਾ ਪਾਇਆ ਜਾ ਰਿਹਾ ਕਿ ਤਖਤ ਸਾਹਿਬ ਅਤੇ ਗੁਰਦੁਆਰਾ ਲੰਗਰ ਸਾਹਿਬ ਨੂੰ ਬਦਨਾਮ ਕਰਨ ਵਾਲੇ ਜੋ ਤਾਂ ਸੰਗਤਾਂ ਨੂੰ ਬਿਮਾਰੀ ਸੀ, ਇਹਦੇ ਵਾਸਤੇ ਨਾ ਤਖਤ ਸਚਖੰਡ ਸ੍ਰੀ ਹਜੂਰ ਸਾਹਿਬ ਜੀ ਦੇ ਅਤਿ ਸਤਿਕਾਰਯੋਗ ਪੰਜ ਪਿਆਰੇ ਸਾਹਿਬਾਨ ਸੰਤ ਬਾਬਾ ਕੁਲਵੰਤ ਸਿੰਘ ਜੀ ਗੁਰਦੁਆਰਾ ਲੰਗਰ ਸਾਹਿਬ ਵੱਲੋਂ, ਸੰਤ ਬਾਬਾ ਨਰਿੰਦਰ ਸਿੰਘ ਜੀ ਦਾਸ ਬਾਬਾ ਬਲਵਿੰਦਰ ਸਿੰਘ ਵੱਲੋਂ ਬਿਲਕੁਲ ਪੂਰਾ ਸਪਸ਼ਟ ਸਾਰਿਆਂ ਨੂੰ ਇਹ ਹੱਥ ਜੋੜ ਕੇ ਬੇਨਤੀ ਹੈ ਚੈਨਲ ਵੀਰਾਂ ਚੈਨਲ ਵਾਲਿਆਂ ਨੂੰ ਵੀਰਾਂ ਨੂੰ ਆ ਜਿਹੜੇ ਮੀਡੀਆ ਦੇ ਵਿੱਚ ਮੋਬਾਈਲਾਂ 'ਤੇ ਜੋ ਵੀ ਆ ਕੋਈ ਗਲਤ ਮਲਤ ਜਾਂ ਐਸਾ ਕੋਈ ਥੱਲੇ ਵਕਤ ਪਾ ਰਹੇ ਹਾਂ ਨਾ, ਇਹ ਬਿਲਕੁਲ ਆਪਾਂ ਨੂੰ ਬੰਦ ਕਰਨਾ ਚਾਹੀਦਾ। ਗੁਰੂ ਘਰ ਆ ਕੇ ਸੰਗਤਾਂ ਅੰਦਰੋਂ ਇੱਥੇ ਵੇਖੋ 1.5 ਮਹੀਨਾ ਸੰਗਤਾਂ ਰੁਕੀਆਂ ਰਹੀਆਂ, ਕੋਈ ਵੀ ਕਿਸੇ ਪ੍ਰਕਾਰ ਦੀ ਕੋਈ ਸ਼ਿਕਾਇਤ ਨਹੀਂ ਆਈ। ਐਂ ਸੰਗਤਾਂ ਆਰਾਮ ਨਾਲ, ਸਿਰਫ ਇੱਕੋ ਹੀ ਕਾਰਨ ਸੀ ਵੀ ਜ਼ਿਆਦਾ ਲੰਮਾ ਸਮਾਂ ਹੋਣ ਕਾਰਨ ਸੰਗਤਾਂ ਆਪੋ ਆਪਣੇ ਘਰਾਂ ਨੂੰ ਜਾਣਾ ਚਾਹੁੰਦੀਆਂ ਸਨ। ਉਹਦੇ ਲਈ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ, ਸਾਰਾ ਗੁਰੂ ਸਾਹਿਬ ਦੀ ਕਿਰਪਾ ਨਾਲ ਇੰਤਜ਼ਾਮ ਹੋ ਗਿਆ ਕਿ ਬਾਕੀ ਇੱਥੇ ਰਹਿੰਦਿਆਂ ਕੋਈ ਵੀ 3 ਵਾਰੀ ਮੈਡੀਕਲ ਚੈੱਕਅਪ ਹੋਇਆ।
कारपोरेशन की तरफ से कमिश्नर साहब खुद आए, सारे चार चार पाँच पाँच टीम लगे रही, पल्ले पल्ले रूम के जाके यात्रुओं की चेक अप होया, कोई भी शिकायत नहीं पाएगी। बाकी रस्ते जाते हवा कारण, गर्मी कारण, कई कारण हो सकते हैं, तो उन्होंने नाल ना ज्वाइन करते हुए आप तखत सचखंड श्री हजूर साहब जी की बेनती या बेदबी बारे, गुरद्वारा लंगर साहब की बेनती बेदबी बारे किसी भी चैनल वीर ने, चैनल वाले वीर ने, ज अखबारों वाले ने, या मोबाइलों वाले ने भुल के भी एक गलती नहीं करनी। बाकी जोड़ा भी इस तरह करेगा, गलत इस्तेमाल करेगा, वो मारे गुरु कलगी कर पातशाह जानन तो जीव जाने। बाकी किसी ने भी हाथ जोड़ के बेनती आ, किसी ने भी कोई गलत मोबाइलों के बेच हरकतबाजी नहीं करनी। चैनल चैनल वाले वीरों सारियां ही यो बेनती है, बिल्कुल इन्हों संकोच रखना वा। अज समा बहुत ज़्यादा मीडिया का वा, मोबाइलों कुछ ना कुछ पाए जाते, चैनलों कुछ ना कुछ विखाई जाते हैं। बाकी सतगुरों की कृपा वा, सारी गुरु की संगत तखत सचखंड श्री हजूर साहब और गुरद्वारा लंगर साहब किसी भी प्रकार की किसी कोई शिकायत नहीं पाएगी, ना किसी को कोई बीमारी की शिकायत करोना की। तीन वेरी मेडिकल चेकअप होया वा, सारी गुरु की संगत सही सलामत पाएगी है। दस दिए कि बीते करीब तीन दिनों तो जारी मेडिकल रिपोर्टा विच श्री हजूर साहब तो परते लोगों नू पॉजिटिव दसया जा रहा है। पंजाब विच हुण तक करीब 553 केस दसे जा रहे ने, जिन्हां विचों ज़्यादातर हजूर साहब तो परते श्रद्धालुओं के मामले शामिल ने। अजिहे विच हुण बाबा बलविंदर सिंह दा इह बयान अपने आप विच पंजाब सरकार अते मेडिकल व्यवस्था ते सवाल खड़े करन वाला जाप रहा है। दूजे पासे ज्ञानी हरप्रीत सिंह ने भी इस नूं सिखां नूं बदनाम करन दी साजिश करार दिता है। ब्यूरो रिपोर्ट, पंजाबी लोक चैनल।